ਕਹਿੰਦੇ ਹੁਣ ਕੈਨੇਡਾ ਦੇ ਹਾਲਾਤ ਬਹੁਤ ਮਾੜੇ ਹੋ ਗਏ, ਕੀ ਸੱਚਾਈ ਹੈ? ਸਾਡੇ ਜਿਹੜੀ ਡੋਮੈਸਟਿਕ ਵਾਇਲੈਂਸ ਹੈ ਕਾਫੀ ਜ਼ੋਰ ਫੜ ਗਈ। ਹੁਣ ਜਦੋਂ ਰਿਸ਼ਤੇ ਦੀ ਗੱਲ ਆਈ ਆ, ਘਰਾਂ 'ਚ ਥੋੜ੍ਹੀ ਬਾੜੀ ਬੇਸੰਤੋਖੀ ਹੋਈ ਆ, ਅਤੇ ਹੁਣ ਉਹ ਕਿਸੇ ਨੂੰ ਫੋਨ ਨਹੀਂ ਕਰ ਰਿਹਾ। ਵੀ ਮੁੰਡਾ ਕੀ ਕਰਦਾ? ਹਾਂ ਵੀ ਮੁੰਡੇ ਦੀ ਛਾਣਬੀਣ ਕਰੋ, ਉਹਨੂੰ ਮੈਂ ਰੰਜਿਸ਼ ਦਾ ਲਫ਼ਜ਼ ਦਊਂ। ਇਹ ਸਟੂਡੈਂਟ ਹੈ, ਕਹਿੰਦੇ ਪਾਰਕਾਂ 'ਚ ਸੌਂਦੇ ਆ, ਕੋਈ ਕਹਿੰਦਾ ਫੁੱਟਪਾਥ 'ਤੇ ਸੁੱਤਾ ਪਿਆ, ਵੀਡੀਓ ਵੀ ਵਾਇਰਲ ਹੁੰਦੀਆਂ। ਜੇ ਬੱਚਾ ਭੁੱਖਾ ਰਹਿ ਰਿਹਾ, ਉਹਦੀ ਫੀਸ ਨਹੀਂ ਹੈ, ਉਹਨੂੰ ਸੌਣ ਨੂੰ ਥਾਂ ਨਹੀਂ, ਤਾਂ ਉਹਦਾ ਜ਼ਿੰਮੇਵਾਰ ਗੁਰਬਾਣੀ ਨਿਊਜ਼ ਮਿਊਜ਼ਿਕ ਐਂਟਰਟੇਨਮੈਂਟ ਸ਼ੋਅ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਕੰਟੈਂਟ ਵੇਖਣ ਦੇ ਲਈ ਪਲੇ ਸਟੋਰ ਤੋਂ ਹੁਣੇ ਡਾਊਨਲੋਡ ਕਰੋ ਚੜ੍ਹਦੀ ਕਲਾ ਮੀਡੀਆ ਨੈਟਵਰਕ ਐਪ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ।